ਅਸਲਾਮੁਅਲੈਕੁਮ ਅੱਜ ਸੂਜੀ ਤੇ ਗੁੜੇ ਨਾਲ ਬਿਲਕੁਲ ਸਾਦਾ ਸਿੰਪਲ ਜਿਹਾ ਗਲਵਾ ਬਣਾਣਾ ਹੈ ਜਿਹਾ ਅਸੀਂ ਕਰਕਣਾ ਆਖਨੇ ਆ ਆਪਣੇ ਇਧਰ ਜ਼ਬਾਨੇ ਚ ਇਹ ਕਿਸ ਤਰ੍ਹਾਂ ਬਣਨਾ ਵਾਕੀ ਦੋਸਤਾਂ ਵਾਸਤੇ ਉਹ ਬਿਲਕੁਲ ਆਸਾਨ ਹੈ ਔਰ ਬਹੁਤ ਮਜ਼ੇਦਾਰ ਹੈ ਉਹਨਾਂ ਤੇ ਇਸ ਵਾਸਤੇ ਪਹਿਲੇ ਫਰਾਈਪਾਨੇ 'ਚ ਥੋੜਾ ਜਿਹਾ ਘਿਓ ਪਾਗੇ ਦਾ ਇਸਾਂ ਫਿਰ ਲੈਨੇ ਦੇਸੀ ਘਿਓ ਅਗਰ ਹੋਵੇ ਜ਼ਿਆਦਾ ਮਜ਼ੇ ਨਾ ਬਣਨਾਂ ਨਹੀਂ ਤੇ ਦੂ ਅੱਗੇ ਹੋ ਵੀ ਪਾ ਸਕਦੇ ਆ ਅੱਜ ਕੱਲ ਦਾ ਖੈਦੂਆ ਵੀ ਦੇਸੀ ਢੂਏ ਕੰਮ ਲੱਗਾ ਕਾ ਜਿਸ ਤਰ੍ਹਾਂ ਮਹਿੰਗਾਈ ਹੋਈ ਵੀ ਬਹੁਤ ਜ਼ਿਆਦਾ ਬਦ ਦੁਈਆਂ ਹੀ ਦੇਸੀ ਸਮਝ ਕੇ ਚੱਕਦੇ ਹੋ ਅੱਜ ਹੋਈ ਬਿਲਕੁਲ ਆਸਾਨ ਰੈਸਪੀ ਇਸ ਨੂੰ ਇਸੇ ਜੋ ਹੌਕਾ ਕੰਮ ਕੋਈ ਨਹੀਂ ਬੜੀ ਆਸਾਨੀ ਨਾਲ ਹੀ ਤੁਸੀਂ ਬਣਾ ਸਕਨੇ ਹੋ ਆ ਇਹ ਹਮ ਜਸਟ ਹਮ ਗੋਪੇਗਲ ਵੰਜੇ ਤੇ ਉਹ ਤੇ ਇਸਨੇ ਵੀ ਸੂਜੀ ਬਣਾਉਣੇ ਕੰਨ ਪਾ ਦੇਣੀ ਉਹ ਸੂਜੀ ਐ ਸੇ ਮਿਕਸ ਕਰਸਾ ਸਹੀ ਜਿਹਾ ਸੋੜੀ ਬੂਰੀ ਬੂਰੀ ਥੀ ਗਈ ਬੁਨੀ ਗਈ ਤੇ ਬੜੀ ਰਬਤਾ ਖੁਸ਼ਬੂ ਆਉਣੇ ਸ਼ੁਰੂ ਥੀ ਵੈਨੀ ਵਾ ਉਸ ਵੇਬਾਸ ਕਰਨੀ ਹੈਗਾ ਹੁਣ ਤੱਕ ਬਿਲਕੁਲ ਇਨਾ ਚਟਾ ਰੰਗ ਹੈ ਸੂਜੀਨਾ ਔਰ ਇਹ ਵੀਡੀਓ ਪਹਿਲੇ ਮੈਂ j.s dilaver channel ਤੇ ਕੀਤੀ ਲੇਕਿਨ ਹੁਣ ਮੈਂ ਫੂਡ ਵਾਲਾ ਵੱਖਰਾ ਚੈਨਲ ਬਣਾਇਆ j.s foods ਕਿਉਂਕਿ ਦਿਲਵਰ ਵਾਲੇ ਤੇ ਹੋਰ ਝਗੜ-ਛਗੜ ਬਹੁਤ ਚੱਲਣਦੇ ਇਸ ਜਦੋਂ ਵਤ ਉੱਤੇ ਸੰਗੀ ਜਿਹੜੇ ਨੂੰ ਜਿਹੜੇ ਟੈਕਨੀਕਲ ਨੇ ਉਹ ਚੀਜ਼ਾਂ ਦੇਖਣ ਨੂੰ ਨਾ ਇਹ ਜੀ ਚੀਜ਼ ظاہر ਕੋਈ ਨੀ ਪਸੰਦ ਆਨੀ ਇਹ ਖਾਣੇ ਪੀਣੇ ਵਾਲਾ ਹਲਵੇ ਸ਼ਲਵੇ ਮਖੜੀ ਹਲਵੇ ਤੇ ਕੇਕ ਸ਼ੇਕ ਤੇ ਜੀਆਂ ਅਰਸੀਆਂ ਜਿਹੜੀਆਂ ਬਹੁਤ ਮਜ਼ੇ ਮਜ਼ੇਨੀਆਂ ਇਨਨੀਆਂ ਵਤ ਮੈਂ ਇਹ ਵੱਖਰਾ ਚੈਨਲ ਇੱਕ ਬਣਾ ਦਿੱਤਾ j.s foods ਵਾਲਾ ਇਸਨੂੰ ਤੁਸੀਂ ਵਿਜ਼ਿਟ ਵੀ ਕਰੋ ਉਹ ਮਜ਼ੇ ਮਜ਼ੇ ਨਹੀਂ ਆ ਰਹੀਆਂ ਤੇ ਜ਼ਰੂਰ ਨਜ਼ਰ ਆਸਣ ਤੇ ਸਬਸਕ੍ਰਾਈਬ ਵੀ ਕਰਗੇ ਨੋ ਇਹ ਤੱਕ ਸੂਜੀ ਆਣ ਗਈ ਬੋਜ ਇਸ ਦਾ ਰੰਗ ਜਿਹੜਾ ਥੋੜਾ ਬਰਾਊਨ ਬਰਾਊਨ ਠੀਕ ਆ ਬੂਰਾ ਬੂਰਾ ਤੇ ਹੁਣ ਇਸ ਨੇ ਵਿੱਚ ਬਣਾਇਨੇ ਆ ਪੱਤ ਜਿਹਾ ਚਸ਼ਨੀ ਆਉਣੇ ਉਹਦੇ ਤੇ ਇਹ ਗੁੜਨੀ ਮੇ ਲੋਕੋਈ ਇੱਕ ਕੱਪ ਪਾਣੀ ਨਾਲ ਬਾਰ ਬਰ ਕੇ ਉਸ ਜੀ ਸੂਜੀ ਵਾਲੇ 프라이 ਪੈਨ ਜੇ ਇਹ ਇੱਕ ਤਕਰੀਬਨ ਅੱਧੇ ਤੋਂ ਥੋੜਾ ਜਿਆਦਾ ਜਾਂ ਅੱਧਾ ਮੁੰਨਾ ਜ ਕੱਪ ਜਿਹੜਾ ਉਹ ਹੋਰ ਪਾ ਦਿੱਤਾ ਔਰ ਇਸਨੇ ਬਾਦੋ ਗੁੜ ਤੇ ਇਹਦੇ ਵਿੱਚ ਕੋਈ ਬਹੁਤ ਜਿਹੜਾ ਖਰਚ ਵੀ ਪਣੀ ਤੀ ਨਾ ਬਾਤ ਇਹ ਗੁੜ ਤੇ ਸੂਜੀ ਤੇ ਗੁੜ दो चार दाने मेवे ने पा छोड़ो जागत बड़ा पसंद आना जी वह तो कभी पत्त ज्यादा पाग मजिए तो वत्ते वटे ना भी नहीं बजना इतना पक्का बनना इस वास्ते य जोड़ी चाशनी है पत्त इस को थोड़ा जि ख्याल करना पाँगा हालत जैसे वो टाफी टाफी बननी शुरू थी, थी।, थी, 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 थी ना वे ऐसा सूजी भी पावनी पौधी नहीं तो इंजे बूं पक्का थी वह दंदा छंदा ना एडा थोका नहीं बजना बूं कराड़ा करके बनना व ਇਹ ਅਮਗੋੜੀਆਂ ਬੁਲੇ ਬੁਲੇ ਇਥੇ ਚਲੇ ਨੇ ਇਹ ਖੁੱਲ ਗਿਆ ਤੇ ਇਹ 겨ਉ ਜਿਹੜਾ ਪਹਿਲੇ ਪਾਇਆ ਉਹ ਬਿਲਕੁਲ ਨਾ ਪਿਆ ਅਗਰ ਕੋਈ ਦੇਸੀ ਹੋਵੇ ਤਾਂ ਉਹ ਠੀਕ ਹੈ ਲੇਕਿਨ ਅੱਜ ਕੱਲ ਦੇ ਮਹਿੰਗਾਈ ਨੇ ਜਿਹੜਾ ਹਾਲ ਹੀ 2023 ਚੰਤੀ ਆਖਲਾ ਸਾਰੇ 겨ਉ ਦੇਸੀ ਬਣੇ ਪੈਣ ਕੀਮਤਾਂ ਨੇ ਲਾਦ ਨਾ ਤੇ ਬਾਜਾ ਜਿਹੜਾ ਮਰਦੀ ਪਾ ਪਾਉ ਦੇਸੀ ਸਮਝ ਕੇ ਇਹ ਵੀਡੀਓ ਹੈ ਵੀ ਸਾਲੇ ਨਹੀਂ ਇਹ ਜਰਤੀ ਸ਼ਰਤੀ ਜਿਹੜੇ ਮੈਂ ਪਾਈ ਵੀ ਆਣ ਨਾ ਸਮਝਿਆ ਨੇ ਤੇ ਹੋ ਗਈ ਜਣਾਉਣ ਕਰਾਈ ਇਹ ਸਾਵਣ ਬਦਰੇ ਚ ਚੱਕੀ ਕਲਾ ਤੇ ਗੁੜ ਨੇ ਬਜਾਇਆ ਅਗਰ ਚੀਨੀ ਹੈ ਵੀ ਰੂਵੀ ਤੋਂ ਜੀ ਪਾ ਸਕਨੇ ਹੋ ਸ਼ੱਕਰ ਵੀ ਪਾ ਸਕਨੇ ਹੋ ਯਾਰੰ ਬਹੁਤ ਮਾਦਿਆ ਨਾਲ ਜਿਹੜਾ ਬਣਨਾ ਉਹ ਗੁੜਿਆ ਲਈ ਉਹਨਾ ਇਹ तकरीबन ਅੱਧਾ ਕੇ ਘੰਟਾ ਬਾਅਦ ਇਸੇ ਹਮਲਕ ਸੀ ਗੁੜ ਪਿਘਲ ਕੇ ਤੇ ਆਇਆ ਤਾਂ ਪਹਣੀ ਭਾਤ ਬਣ ਗਈ ਇਸਨੀ ਇਸ ਤਰ੍ਹਾਂ ਉਹ ਤੇ ਉਹ ਜਾਗ ਬਣਨੀ ਸ਼ੁਰੂ ਥੀ ਵੈਸੇ ਯੋਈ ਗਾਟਾ ਗਾਟਾ ਜਿਹੜਾ ਟੀਰਾ ਬਣਵੇਂ ਜੀ ਇਸਾਂ ਉਹ ਚੈੱਕ ਕਰਨੇ ਘਾਣੇ ਇਸ ਤਰ੍ਹਾਂ ਪਾਣੀ ਚ ਜਿਦਾ ਦੋ ਤਰ੍ਹਾਂ ਕਤਰੇ ਸੱਠਿਆ ਤੋਂ ਨਾ ਤੀ ਇੰਟਾ ਟਾਫੀ ਬਣਨੀ ਚਾਹੀਨੀ ਫੌਰਨ ਗੁਲਣਾ ਨਹੀਂ ਚਾਹੀਨਾ ਬਾਜੀ ਆਣ ਤਿਆਰ ਥੀਗੀ ਪਾਤ ਹਣ ਇਹਨੇ ਵੀ ਜਿਹੜੀ ਬਣੀ ਹੋਈ ਸੂਜੀ ਰੱਖੀ ਉਹ ਵਿੱਚ ਪਾ ਦਸਾਂ ਤੇ ਇਸਾਂ ਕਰਨਾ ਮਿਕਸ ਇਹ ਅੰਗਰੇਜ਼ੀ ਤੇ ਪੰਜਾਬੀ ਤੇ ਜਿਹੜੀ ਉਰਦੂ ਤੇ ਸਾਰੀਆਂ ਜਸਤਾਂ ਨੇ ਇਕੱਠੀਆਂ ਥੀਆਂ ਉਹਨਾਂ ਦਵਾਤੀ ਮਿਕਸ ਜੜਾ ਉਹ ਮਿਕਸੀ ਬਣ ਮੈਨੋ ਬਾਈ ਉਹ ਆਮੂਂ ਕੋ ਚਮੜੀ ਥੂ ਧੀਗਾ ਚੌਂ ਚੰਨ ਨਾਲ ਚਮੜੀ ਗਾ ਤੇ ਹਣ ਕੋ ਤੋੜ ਦੇ ਜ਼ੋਰ ਲਾਉਣਾ ਪੋਦੀ ਤਰੀਕੇ ਤਰੀਕੇ ਹਲਾਉਣਾ ਤਾਂ ਜੀ ਸਾਰਾ ਜਿਸ ਨੇ ਵਿੱਚ ਜੜਾ ਮਿਕਸ ਧੀ ਵਣੇ ਉਹ ਸੂਜੀ ਜਿਹੜੀ ਉਹ ਸੁੱਕੀ ਕੋਈ ਨਾ ਰਵੇ ਸਾਰੀ ਗੁੜੇ ਵਾਲੀ ਥੀ ਵਣੇ ਇਹ ਸਵਾ ਜਿਹੜੀ ਬਹੁਤ ਜ਼ਿਆਦਾ ਸਰਦੀਆਂ ਨਹੀਂ ਹੈ ਬਈ ਸਰਦੀਆਂ ਜਈ ਬਣਾ ਨੇ ਲੋਗ ਅੱਜ ਕੱਲ ਦਿਖਾਇ ਰਿਹਾ ਇਦਾਂ ਉਹ ਵਾਲੇ ਚਲਦੇ ਤਾਂ ਕੋਈ ਨਹੀਂ ਕਹਿੰਨੀ ਆਵਾਮ ਅੱਜ ਕੱਲ ਕੀ ਕਹਾਂ ਲਾ ਰਵਾਜ ਜ਼ਿਆਦਾ ਉਹ ਵੀ ਮੈਂ ਇਹ ਬਣਾ ਕੇ ਦੱਸੇ ਪੈਨ ਇਸ ਚੈਨਲ ਤੇ ਜੇ.ਐਸ ਫੂਡ ਵਾਲੇ ਤੇ ਮੱਕੇ ਆਖੇ ਇੱਕ ਦੋ ਜੀ ਕਿੰਨ ਬਣਾ ਸਕਨੇ ਹੋ ਆਪ ਘਰ ਇਹ ਸਿੰਪਲ ਮਾਈਕਰੋਵੇਵ ਓਵਨ ਜੜਾਉਣਾ ਉਸ ਨੇ ਵੀ ਉਹ ਯਾਰ ਇਹ ਤਤਾ ਕਰਨ ਵਾਲਾ ਆਪਸ਼ਨ ਹੋਣਾ ਹੱਸੇ ਕਿ ਖਾਣੀ ਖਾਣੇ ਗਰੇ ਨੇ ਉਹ ਗਰਮ ਉਹ ਸਾਰੇ ਆਪਸ਼ਨ ਤੇ ਇਹ ਹੁਣ ਜਿਸ ਤਰ੍ਹਾਂ ਮਿਕਸ ਧੀ ਗਿਆ ਸੂਜੀ ਤੇ ਪਾਤ ਤੇ ਉਸਨੇ ਵੇਜਵਾ ਮੇਵਾ ਪਾ ਦੋ ਤੋੜ ਕੋ ਹੋਰ ਅਗਰ ਗਿਰ ਕੋ ਪਿ ਜੋ ਪੇ ਦੋ ਇਹ ਡਰਾਈ ਫਰੂਟ ਜੂਟੇ ਅੰਦਰ ਉਹਨਾਂ ਵੀ ਪਿਛਕ ਛਕ ਦਿਓ ਵੇਜ ਉਹ ਮੇਵੇ ਜਿਹੜੇ ਨੂੰ ਉਹਨੂੰ ਇਹਦੇ ਵਿੱਚ ਮਿਕਸ ਕੀ ਗਏ। ਇਹ ਹੁਣ ਵਾਤੇ ਕੋਈ ਜਾਂ ਹੋਰ ਬਰਤਨ ਤਿਆਰ ਕਰਨਾ। ਬਰਤਨ ਜਾਂ ਸੇ ਭਾਂਡਾ ਜਦ ਆਣ ਪੰਜਾਬੀ ਇੱਕ ਦੂਵੇ ਬੇਡਾ ਭਾਂਡਾ ਉਹ ਨਹੀਂ। ਇਹ ਦਹੀ ਇੰਦੀ ਕੀ ਿਤਰਾਮੀ। ਉਸ ਨੇ ਵਿੱਚ ਵੀ ਥੋੜਾ ਜਿਹਾ ਉਹ ਸ਼ੋਲਾ ਗੈ ਨੂੰ। ਤਾਂ ਜੋ ਉਸ ਨਾਲ ਹੀ ਚਮਟੇ ਨਹੀਂ। ਇਹ ਤਾਂ ਕੋਈ ਨੇ ਵਿੱਚ ਮੈਂ ਪਹਿਲਾਂ ਲਾਪ। ਉਹ ਆਸਾਨੀ ਨਾਲ ਨੇ ਵਿੱਚੋਂ ਨਿਕਲ ਆਦੀ। ਕਿਉਂਕਿ ਹਾਂ ਜਿਵੇਂ ਥੱਡ ਏਜੀ ਦੀ ਬੂੰਹ ਤੋਛਿਆ ਬਣਵੇਂ ਨਹੀਂ ਆ ਆਣੇ ਸਾਂ ਸਾਰੀ ਦਰਮੀ ਵਿੱਚ ਖੰਡਾ ਦੇ ਸਾਂ ਇਹ ਤਾਂ ਚਮਚਾ ਨਾਲ ਬੁਲੇ ਬੁਲੇ ਬਰਾਬਰ ਕਰਕੇ ਤੇ ਵਾਹ ਥੂਰੀ ਗੰਗੇ ਦੇ ਕੋਲ ਲੈਣਾ ਛਾਣਾ ਤੇ ਚ ਪੈਨੇ ਤਾਂ ਹੀ ਵਖਰੀ ਵਖਰੀ ਟਿੱਕੀਆਂ ਥੀ ਵਣਨ ਇਹ ਕਵਰ ਦਾ ਬਿਟਾ ਇਨਟ ਕਰ ਵਾਹ ਉਹ ਵਖਰੀ ਵਖਰੀ ਟਿੱਕੀ ਹੋ ਇੰਦਾ ਜੇ ਹਲੇ ਹਲੇ ਉਹ ਤੋਂ ਆ ਨਿਕਾਣੇ ਦਾ ਤਪ ਤਪਾਇਆ ਤੇ ਹੁਣ ਸਿੱਧਾ ਧੀਗਾ ਤੇ ਇਹ ਵੀਡੀਓ ਆਗਾ ਤੜਕੋਲ ਪਹੁੰਚੇ ਤੋ ਮੈਨੇ ਇਜਾਜ਼ਾ ਲਾਇਆ ਜਿਹੜਾ ਸੰਗੀ ਉਸ ਨਾਲ لازਮੀ ਸ਼ੇਅਰ ਕਰਿਓ ਉਹ ਜਿਹੜੇ 4 ਸਰ ਜਹਾਜ਼ ਨੂੰ ਤੋ ਨਹੀਂ ਲੱਗਨੇ ਉਹ ਨਹੀਂ ਇਹ ਬੜੀ ਪਸੰਦੀ ਦੀ ਡਿਸ਼ ਹੈ ਉਡੀ ਗਨ ਕੇ ਤੇ ਬਿਲਕੁਲ ਜਲੇਬੀ ਆਉਣ ਸਿੱਧੀਆਂ ਲੈਣਾ ਬਾਦ ਉਸ ਇਹ ਹਾਂ ਜੋ ਜੋ ਠੱਡਾ ਥੀ ਨਾ ਵੈਨਾ ਦੀ ਤਾਂ ਕੋਈ ਛੁਰੀ ਨਾ ਰੀ ਜਮਟੀ ਵੈਨਾ ਇਹ ਤਾਂ ਵਕਤ ਕਦੇ ਬਹੁਤ ਸੋਹਤੀ ਵੇ ਤੇ ਤਤਕਾਰ ਕੀ ਖਾ ਸਕਨੇ ਉਹ ਵੀ ਕੋਈ ਮਸਲਾ ਨਹੀਂ ਤੇ ਤਤਕਰੀ ਇਹ ਤੋਂ ਬਾਅਦ ਨਰਮ ਜਿਹੀ ਤੇ ਵਾਣੋ ਇਹੋਂ 5 ਘੰਟੇ ਟੱਡ ਤੇ ਮਨੇ ਕੰਨ ਰੱਖ ਛੋੜਾ ਤੇ ਤਾਂ ਘਣ ਵੇਗਾ ਵੀ ਬਾਣ ਗਿਆ ਵਟਾ ਇਹ ਪੂਰਾ ਚਾਪੜ ਵਖਰਾ ਤੀ ਗਿਆ ਨੇ ਸਾ ਮ ਬਣ ਕੇ ਦੇਨੀ ਠਿੱਕੀਆਂ ਵਖਰੀਆਂ ਕਰੈਨੇ ਆਏਗਾ ਇਹ ਕੋ ਕੈਮਰੇ ਜਾਣ ਚਟਾ ਚਟਾ ਬਾ ਇਹ ਵੇ ਲੇਕਿਨ ਬੂਰਾ ਉਹ ਕੈਮਰੇ ਨਹੀਂ ਲੈਡ ਲੰਗਣਾ ਹੋ ਇਹ ਅੱਜ ਕੱਲ੍ਹ ਵੀ ਕੈਮਰੇ ਵੀ ਜਿਹੜੇ ਨੇ ਆਪੀ ਵੀਚਾਰ ਐਡੀਟਿੰਗ ਚ ਕਰ ਲੈਣ। ਹੋਰ ਨਹੀਂ ਹੋਰ ਸੇ ਤੱਕ ਆ ਨਾ ਰੰਗ ਅਸਲ ਹੋਰ ਉਹਨਾਂ ਆਦੇ ਵਿੱਚ ਜਸ ਨਾ ਹੋਰ ਪਿਆ ਉਹਨਾਂ ਨੂੰ ਮੇਕਅਪ ਵਾਲੇ ਫਿਲਟਰ ਤੇ ਹੋਰ پتہ ਨਹੀਂ ਕਿਹੜੇ ਕਿਹੜੇ ਵਿੱਚ ਪਾਈ ਖੈ ਲੈਣ। ਚਲੋ ਜੀ ਅਸੀਂ ਅੱਜ ਆਣੇ ਜੀ। ਮੈਂ ਕਰਕਣਾ ਜਿਹੜਾ ਚੈਕਸਾਂ ਤੇ ਤੁਸੀਂ ਉਹ ਬੰਦਬਾਸ ਕਰੋ ਬਣਾਉਣੇ ਨਾ ਆਪਣਾ। ਤੁਸੀਂ ਜਿ ਹੁ ਜਿਹਾ ਆਣੋ ਘੋੜਾ ਆਣੋ ਤੋਂ ਬਾਅਦ। ਬਣਾ ਕੇ ਤਾਂ ਟਰਾਈ ਕਰੋਗੇ ਕਿ ਜਬੜਨਾ ਵਾ ਮੰਗਦੇ ਸੋ ਕਮੈਂਟੇਜ